ਪ੍ਰਧਾਨਮੰਤਰੀ ਉਜਵਲਾ ਸਕੀਮ ਤਹਿਤ ਜ਼ਿਲ੍ਹੇ 'ਚ 13 ਵੱਖ-ਵੱਖ ਥਾਵਾਂ 'ਤੇ ਜਾਗਰੂਕਤਾ ਕੈਂਪ ਲਗਾ ਕੇ ਉਜਵਲਾ ਦਿਵਸ ਮਨਾਇਆ ਗਿਆ, ਜਿਸ ਵਿੱਚ ਭਾਰਤ ਪੈਟਰੋਲੀਅਮ ਦੀ ਸੀਨੀਅਰ ਮੈਨੇਜਰ ਕੋਮਲਾ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਵਸ ਮੌਕੇ ਲਗਾਏ ਗਏ ਕੈਂਪਾਂ ਦੌਰਾਨ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲਾਭਪਾਤਰੀਆਂ ਨੂੰ LPG ਦੀ ਸੁਰੱਖਿਆ ਅਤੇ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਉਨ੍ਹਾਂ ਵੱਲੋਂ ਇਸ ਕੈਂਪ ਦੌਰਾਨ 886 ਕੁਨੈਕਸ਼ਨ ਵੰਡੇ ਗਏ ਹਨ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਜ਼ਿਲ੍ਹਾ ਵਧੀਕ ਡਿਪਟੀ ਕਮਿਸ਼ਨਰ ਹਰਦਿਆਲ ਸਿੰਘ ਚੱਠਾ ਨੇ ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਭਾਰਤ ਪੈਟਰੋਲੀਅਮ ਦੇ ਵੱਲੋਂ ਸੀਨੀਅਰ ਮੈਨੇਜਰ ਫਤਿਹਗੜ੍ਹ ਸਾਹਿਬ ਦੀ ਉਜਵਲਾ ਦਿਵਸ ਦੇ ਬਾਰੇ ਦੱਸਣਾ ਚਾਹਾਂਗੀ ਕਿ ਗ੍ਰਾਮ ਸਵਰਾਜ ਅਭਿਆਨ ਦੇ ਤਹਿਤ 20 ਅਪ੍ਰੈਲ ਨੂੰ ਉਜਵਲਾ ਦਿਵਸ ਮਨਾਉਣਾ ਤੈਅ ਹੋਇਆ ਸੀ। ਅੱਜ ਪੂਰੇ ਫਤਿਹਗੜ੍ਹ ਸਾਹਿਬ ਦੇ ਵਿੱਚ ਅਲੱਗ ਅਲੱਗ ਜਗ੍ਹਾ 'ਤੇ 13 ਪ੍ਰੋਗਰਾਮ ਹੋਏ, ਜਿਹਦੇ ਤਹਿਤ LPG ਪੰਚਾਇਤ ਦੇ ਦੁਆਰਾ ਉਜਵਲਾ ਦੇ ਲਾਭਾਰਥੀਆਂ ਨੂੰ LPG ਸੁਰੱਖਿਆ ਦੇ ਬਾਰੇ, LPG ਦੇ ਨਾਲ ਹੋਣ ਵਾਲੀਆਂ ਜਿਹੜੀ ਸਵੱਸਥ ਸੰਬੰਧੀ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਗਈ, ਅਤੇ PMUY ਅਤੇ ਐਕਸਟੈਂਡਿਡ PMUY ਦੇ ਤਹਿਤ ਹਰ ਏਜੰਸੀ ਦੇ ਵੱਲੋਂ KYC ਇਕੱਠੇ ਕੀਤੇ ਗਏ ਸੀ, ਜਿਹਦੇ ਵਿੱਚ ਅਨੁਸੂਚਿਤ ਜਾਤੀ ਜਨਜਾਤੀ ਅੰਤੋਦਿਆ ਅੰਨ ਯੋਜਨਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਾਮਿਲ ਹੈ। ਇਹ ਜਿੰਨੇ ਵੀ KYC ਕਲੈਕਟ ਹੋਏ, ਇਹਨਾਂ ਦੇ ਵਿੱਚੋਂ ਜਿਹੜੇ ਕਨੈਕਸ਼ਨ ਦੇ ਵਿੱਚ ਪਰਿਵਰਤਿਤ ਹੋਏ ਉਹਨਾਂ ਦੇ ਵਿੱਚੋਂ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਟੋਟਲ 886 ਉਜਵਲਾ ਦੇ ਕਨੈਕਸ਼ਨ ਰਿਲੀਜ਼ ਕੀਤੇ ਗਏ।